ਬਰੇਟਾ ਸ਼ਹਿਰ ਅੰਦਰ ਬੀਤੀ ਰਾਤ ਚੋਰਾਂ ਵੱਲੋਂ ਅੱਧੀ ਦਰਜਨ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਦਾ ਸਮਾਚਾਰ ਮਿਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ 'ਚ ਜਿੰਦੇ ਤੋੜ ਕੇ ਸ਼ਾਮ ਲਾਲ ਕਰਿਆਣੇ ਵਾਲੇ ਦੀ ਦੁਕਾਨ ਤੋਂ 40,000 ਦੀ ਨਕਦੀ ਅਤੇ ਦਲਬੀਰ ਸਿੰਘ ਆੜਤੀਏ ਦੀ ਦੁਕਾਨ ਤੋਂ 19,000 ਦੀ ਚੋਰੀ ਹੋ ਗਈ। ਇਸੇ ਤਰ੍ਹਾਂ ਦੁਕਾਨਦਾਰ ਵਿਜੇ ਕੁਮਾਰ, ਦੁਕਾਨਦਾਰ ਰਮਨ ਕੁਮਾਰ, ਦੁਕਾਨਦਾਰ ਰਜਿੰਦਰ ਕੁਮਾਰ ਦੇ ਜਿੰਦੇ ਤੋੜੇ ਗਏ ਪਰ ਉਹਨਾਂ ਦਾ ਨੁਕਸਾਨ ਹੋਣ ਤੋਂ ਬਚਾ ਰਿਹਾ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। SHO ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ CCTV ਕੈਮਰਿਆਂ ਨੂੰ ਖੰਗਾਲ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਅੱਜ ਦੀ ਆਵਾਜ਼ ਲਈ ਬਰੇਟਾ ਤੋਂ ਰੀਤਵਾਲ ਦੀ ਰਿਪੋਰਟ। ਸਰ, ਆਪਣਾ ਨਾਮ? ਸੰਜੀਵ ਕੁਮਾਰ ਹੈ ਜੀ। ਸਰ, ਜੋ ਤੁਹਾਡੀ ਦੁਕਾਨ 'ਚ ਚੋਰੀ ਹੋਈ ਹੈ, ਇਹ ਕਿੰਨੇ ਵਜੇ ਘਟਨਾ ਅਤੇ ਚੋਰ ਤੁਹਾਡੀ ਦੁਕਾਨ ਤੋਂ ਕਿਵੇਂ ਬੜੇ ਅਤੇ ਕਿਵੇਂ ਕੀ ਕੁਝ ਲੈ ਚੁੱਕੇ ਜੀ? ਇਹ ਚੋਰੀ ਜਿਹੜੀ ਹੈਗੀ ਜੀ, 1 ਤੋਂ 3 ਵਜੇ ਦੇ ਵਿੱਚ ਦਾ ਕੈਮਰੇ ਅਨੁਸਾਰ ਲੱਗਦਾ ਵੀ 1 ਤੋਂ 3 ਵਜੇ ਦੇ ਵਿੱਚ ਇਹ ਅਪਡੇਟ ਹੋਇਆ ਜੀ। ਅਤੇ ਉਸ ਟਾਈਮ ਦੇ ਵਿੱਚ ਸਾਡੇ ਦੁਕਾਨ ਦੇ ਵਿੱਚੋਂ ਜਿਹੜਾ ਹੋਇਆ ਉੱਪਰ ਦੀ ਆਏ ਨਹੀਂ ਜੀ ਇਹ ਦੁਕਾਨ ਵਿੱਚ ਦੀ, ਅਤੇ ਉੱਪਰਲਾ ਸ਼ੀਸ਼ਾ ਤੋੜ ਕੇ ਇਹਨਾਂ ਨੇ ਲੋਕ ਖੋਲ੍ਹ ਕੇ ਅੰਦਰ ਆਏ ਨੇ, ਇਹ ਲੋਕ ਦੀ ਚਾਬੀ ਕਿਤੇ ਕੁਦਰਤੀ ਵਿੱਚ ਰਹੀ ਹੋਈ ਹੈ ਸਾਡੇ ਤੋਂ, ਅਤੇ ਵਿੱਚ ਆ ਕੇ ਇਹਨਾਂ ਨੇ ਦੁਕਾਨ ਦੇ ਵਿੱਚੋਂ ਕਾਫੀ ਸਮਾਨ ਜਿਵੇਂ ਸਾਡਾ ਦੇਸੀ ਘਿਓ ਵਗੈਰਾ, ਡਰਾਈ ਫਰੂਟ ਕਾਫੀ ਹੱਦ ਤੱਕ ਚੋਰੀ ਹੈ, ਕੈਸ਼ ਜਿਹੜਾ ਸਾਡੇ ਦੁਕਾਨ ਦੇ ਅੰਦਰ ਹੈਗਾ ਸੀਗਾ ਉਹ ਵੀ ਚੋਰੀ ਹੈ, ਅਤੇ ਉੱਪਰ ਬਰਦਰ ਦਾ ਜਿਵੇਂ ਰੈਡੀਮੇਡ ਦਾ ਸਮਾਨ ਪਿਆ ਸੀ ਉਹਦੇ ਵਿੱਚੋਂ ਵੀ ਕੁਛ ਮਤਲਬ ਪੈਂਟਾਂ ਵਗੈਰਾ ਰੈਡੀਮੇਡ ਕੁਛ ਖਰਾਬ ਹੈ। ਸਰ, ਆਪਣੀ ਦੁਕਾਨ ਕਿਸ ਕਿਸ ਚੀਜ਼ ਦੀ ਹੈ ਜੀ? ਆਪਣੀ ਦੁਕਾਨ ਮੇਨ ਕਰਿਆਣੇ ਦੀ ਹੈ, ਅਤੇ ਮੇਰੇ ਬ੍ਰਦਰ ਦੀ ਡੈਥ ਹੋਣ ਤੋਂ ਸਮਾਨ ਉਹਨਾਂ ਦਾ ਦੁਕਾਨ 'ਤੇ ਇੱਥੇ ਪਿਆ ਸੀਗਾ, ਅਤੇ ਉਸ ਵਿੱਚੋਂ ਵੀ ਜਿਵੇਂ ਪੈਂਟਾਂ ਵਗੈਰਾ ਤੁਹਾਨੂੰ ਦੱਸਿਆ ਗਿਆ ਹੋਇਆ, ਤਕਰੀਬਨ ਸਾਡਾ ਮਤਲਬ 40,000 ਰੁਪਏ ਦਾ ਨੁਕਸਾਨ ਹੈਗਾ ਦੁਕਾਨ ਦਾ। ਸਰ, ਇਹ ਅਨਾਜ ਮੰਡੀ ਜੋ ਲੋਕ ਟੁੱਟੇ ਨੇ, ਚੋਰਾਂ ਨੇ ਹੱਥ ਫੇਰਿਆ, ਇੱਕ ਇਕੱਲੀ ਤੁਹਾਡੀ ਦੁਕਾਨ 'ਤੇ ਕੀ ਹੋਰ ਵੀ ਦੱਸਿਆ ਜਾ ਰਿਹਾ ਵੀ ਹੋਰ ਵੀ ਨੇ? ਨਹੀਂ, ਹੋਰ ਵੀ ਦੁਕਾਨਾਂ ਹੈਗੀਆਂ, 5-6 ਦੁਕਾਨਾਂ ਹੋਰ ਵੀ ਹੈ ਜਿਨ੍ਹਾਂ ਦੇ ਲੋਕ ਤੋੜੇ ਗਏ ਨੇ, ਉਹ ਹੈਗੇ, ਉਹਨਾਂ ਦਾ ਵੀ ਨੁਕਸਾਨ ਕਾਫੀ ਹੈਗਾ। ਇਸ ਬਾਰੇ ਸਰ ਤੁਹਾਨੂੰ ਪੁਲਿਸ ਨੂੰ ਕੰਪਲੇਂਟ ਦਿੱਤੀ? ਹਾਂ, ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਹੈ, ਪੁਲਿਸ ਆਏ ਲਈ ਆਏ ਹੋਏ ਨੇ ਅਤੇ ਉਹ ਆਪਣੀ ਜਾਂਚ ਕਰ ਰਹੇ ਨੇ, ਇਸ ਦੀ ਕਰੀ ਜਾ ਰਹੇ ਨੇ। ਧੰਨਵਾਦ ਸਰ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।